ਕਿਉਂਕਿ ਗੁਰੂ ਸਾਹਿਬ ਜਦੋਂ ਸੰਸਾਰ ਵਿੱਚ ਆਏ ਨੇ ਉਹਨਾਂ ਨੇ ਮਾਨਤਾ ਦਾ ਪੜ੍ਹਾਈ ਕੀਤਾ ਆਣ ਕੇ ਤੇ ਇਹਨਾਂ ਨੂੰ ਕਿਸੇ ਤਰ੍ਹਾਂ ਸਮਝ ਲੱਗ ਜਾਏ ਵੀ ਜੀਵਨ ਕਿਸ ਤਰ੍ਹਾਂ ਗੁਜ਼ਾਰਨਾ ਹੈ, ਕਿਸ ਤਰ੍ਹਾਂ ਸਫ਼ਲ ਕਰਨਾ ਹੈ, ਕੀ ਕਰਨ ਆਉਣਾ ਮੈਂ ਇੱਥੇ। ਸੋ ਮਨਮੁੱਖ ਕਿਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਨੂੰ ਸਮਝਾਇਆ ਮਹਾਤਮਾ ਕਿਸ ਤਰ੍ਹਾਂ ਦੇ।